मेरे साले दी नाले सारा दिन बकरी वांगू मुंह मारी जांदी है, नाले कहदा नहीं मैं तां बीमार है, मैं तां बीमार है। ਇੰਨਾ ਸ਼ੁਕਰ ਰੱਬ ਨੇ ਕੋਈ ਜਵਾਕ ਜੱਲਾ ਨਹੀਂ ਦਿੱਤਾ, ਜਿੱਦੇ ਜਵਾਕ ਜੱਲਾ ਹੋ ਗਿਆ ਤੂੰ ਕੀ ਉਹਦਾ ਖਿੱਲਾ ਭੁਜੀਆ ਛੱਡੇਂਗੀ? ਮੈਨੂੰ ਤਾਂ ਕੁਰਕਰਿਆ ਮੂੰਹੀ ਜਾੜ ਦੇਂਗੀ, ਕਹਦੇ ਕਰੂੰਗੀ ਮੁੰਡਾ ਕੁਰਕਰੇ ਮੰਗਦਾ, ਸਾਜਾ ਕਰੇਂਗੀ ਆਪ। ਲੋਕਾਂ ਦੇ ਘਰ ਵਾਲੇ ਇੰਨੇ ਚੰਗੇ ਨੇ, ਕੰਮ ਕਰਦੇ ਨੇ, ਗਾਉਂਦੇ ਤਾਂ ਨਹੀਂ ਹੈਗੇ, ਤੂੰ ਤਾਂ ਇੱਕ ਕੰਮ ਕਰਕੇ ਗਾਉਣ ਲੱਗ ਜਾਂਦਾ। ਮੇਰੀ ਗੱਲ ਸੁਣ ਲੈ, ਭਾਂਡੇ ਮਾਂਜ ਕੇ ਉਹਦੇ ਪੋਚਾ ਲਾ ਦੀ, ਜੇ ਡਿੱਗ ਕੇ ਖੋਟ ਮੇਰੇ ਚ ਕੱਢੇਗਾ, ਤਿਲਕ ਤੁਲਕ ਕੇ ਹੱਡੀ ਤੜਾ ਲਏਗਾ ਕੋਈ। ਹਾਏ ਓਏ, ਮੇਰੇ ਸਾਲੇ ਦੀ ਹਲੇ ਵੀ ਕਹਿੰਦੀ ਆ, ਕਹਿੰਦੀ ਲੋਕਾਂ ਦੇ ਘਰ ਵਾਲੇ ਚੰਗੇ ਨੇ ਤੂੰ ਮਾੜਾ ਨਾ, ਮੈਂ ਇਹਦੇ ਨਾਲੋਂ ਚੰਗਾ ਕੌਣ ਹੋਊਗਾ ਇਹ ਮੈਂ ਜਿਹੜਾ ਤੇਰੇ ਨਾਲ ਕੱਟਣ ਲੱਗ ਰਿਹਾ, ਜੇ ਕੋਈ ਹੋਰ ਹੁੰਦਾ ਕਿੱਦੇ ਦਾ ਖਾ ਪੀ ਕੇ ਮਰ ਜਾਂਦਾ ਖਾ ਪੀ ਕੇ। ਹਾਏ ਓਏ ਰੱਬਾ, ਮੈਂ ਤੇਰੇ ਕੀ ਛੋਲੇ ਵੱਢ ਲਏ ਤੇ, ਓਏ ਛੋਲੇ ਵੱਢ ਲਏ ਤੇ, ਜਿਹੜਾ ਮੇਰੇ ਤੇ ਐਡਾ ਕਸ਼ਟ ਦੇ ਰੱਖਿਆ ਤੈਂ ਮੈਨੂੰ। ਏ ਹਾਏ ਓਏ, ਤੂੰ ਦੱਸ ਹੋਰ ਕੀ ਭਾਲਦਾ, ਟਾਲੀ ਦੇ ਪੋਰੇ ਵਰਗੀ ਤੈਨੂੰ ਘਰ ਵਾਲੀ ਮਿਲ ਗਈ, ਕੋਈ ਤਰਸੀ ਜਾਊਗਾ। ਲੈ ਓਏ ਕਹਿੰਦੀ ਟਾਲੀ ਦੇ ਪੋਰੇ ਵਰਗੀ ਤੈਨੂੰ ਤੇਰੀ ਘਰ ਵਾਲੀ ਮਿਲ ਗਈ, ਮੇਰੀ ਗੱਲ ਸੁਣ ਲੈ, ਜਿਹੜਾ ਟਾਲੀ ਦਾ ਪੋਰਾ ਕਾਣਾ ਲਿਖੜ ਜੇ ਕਾਣ ਪੈ ਜਾਓ ਕਿਸੇ ਕੰਮ ਨਹੀਂ ਆਉਂਦਾ। ਇੱਕ ਵਾਰੀ ਸਾਡੇ ਖੇਤ ਟਾਲੀ ਲੈਤੀ ਦੀ ਕਿਸੇ ਵਪਾਰੀ ਨੇ, ਪਤਾ ਕੀ ਹੋਇਆ, ਟਾਲੀ ਲਿਕੜ ਗਈ, ਕਾਣੀ ਸਾਣੇ ਸੰਦ ਛੱਡ ਕੇ ਉੱਥੀ ਭੱਜ ਗਿਆ ਤੀ, ਘਾਟਾ ਪੈ ਗਿਆ ਤੀ, ਉਹ ਕੰਮ ਤੇਰਾ, ਮੈਂ ਤਾਂ ਕਿਸੇ ਭੱਜਣ ਚੋਂ ਗਰਮ ਨਹੀਂ, ਕਿਸੇ ਪਾਸੇ ਕਿਸੇ ਪਾਸੇ ਕਿਉਂ ਦੁੱਖ ਦੀ ਗੱਲ ਛੇੜ ਰਹੀ ਆ। ਉਹ ਚੰਗਾ ਚੰਗਾ ਜਾਦ ਨਾ ਪਕਾਈ ਮਾਰ, ਆ ਭਾਂਡੇ ਨੂੰ ਘੰਟਾ ਹੋ ਗਿਆ ਲਈ ਬੈਠਿਆਂ ਨੂੰ, ਪੋਚਾ ਮਾਰਦੇ ਬਿਮਾਰ ਬੰਦੇ ਕੋਲੇ ਮੱਖੀਆਂ ਬੁਰੀਆਂ ਲੱਗਦੀਆਂ ਨੇਗੀਆਂ। ਇਹ ਆ ਗਿਆ, ਸਾਤਾਂ ਲੈ ਲਿਆ ਕਰ, ਸਾਤਾਂ ਲੈ ਲਿਆ ਕਰ, ਗਵਾਂਢੀ ਸੁਣਦੇ ਨੇ, ਹੌਲੀ ਬੋਲ ਪਿਆ ਕਰ, ਮੇਰੀ ਬਾਹ ਹੌਲੀ ਬੋਲ ਪਿਆ ਕਰ। ਮੇਰੀ ਗੱਲ ਸੁਣ, ਗੱਲਾਂ ਨਾ ਮਾਰ, ਪੋਚਾ ਲਾ ਦੇ, ਨਾਲੇ ਐਂ ਦੇਖ ਬਾਹਰ 'ਚ ਕੁਲਫੀਆਂ ਵਾਲਾ ਖੜਾ ਗਲੀ 'ਚ, ਦੋ ਕੁਲਫੀਆਂ ਹੋਰ ਲਿਆ ਦੇ, ਮੇਰੇ ਤਾਂ ਕਾਲਜ 'ਚ ਠੰਡ ਹੀ ਨਹੀਂ ਪਈ ਖਾ ਕੇ ਦੋ ਕੁਲਫੀਆਂ। ਤੇਰੇ ਨਹੀਂ ਠੰਡ ਪੈਂਦੀ ਕਾਲਜ 'ਚ, ਕਦੇ ਨਹੀਂ ਪੈਂਦੀ, ਤੇਰੇ ਦੋ ਕੁਲਫੀਆਂ ਝੁਲਸ ਗਈ, ਮੇਰਾ ਨਾਂ ਨਹੀਂ ਲੈਤਾ ਹਾਲੇ, ਕਹਿੰਦੀ ਮੇਰੇ ਤਾਂ ਕਾਲਜ 'ਚ ਠੰਡ ਨਹੀਂ ਪਈ, ਐਂ ਕਰ ਚੁੱਲ੍ਹੇ 'ਚੋਂ ਗੋਹਾ ਕੱਢ ਲੈ ਅੱਗ ਵਾਲਾ, ਉਹ ਪਾ ਲੈ ਮੂੰਹ 'ਚ, ਫਿਰ ਪੈ ਜੂ ਤੇਰੇ ਠੰਡ, ਕਿੱਥੇ ਦੁੱਖ ਦਿੱਤਾ। ਮੈਂ ਕਿਉਂ ਖਾਵਾਂ ਅੱਗ, ਤੂੰ ਖਾ ਲੈ, ਤੂੰ ਬੋਲੀ ਜਾਊਗਾ ਬਾਹਰ ਨਾ ਬੋਲ, ਛੱਤਰ ਖਾ ਲੇਗਾ ਮੇਰੇ ਤੋਂ। ਨਾ ਤੂੰ ਤਾਂ ਸਾਰਾ ਦਿਨ ਸੂਈ ਹੋਈ ਕੁੱਤੀ ਵਾਂਗੂ ਮੈਨੂੰ ਗਾਲਾਂ ਕੱਢਦੀ ਰਹਿੰਦੀ, ਆ ਪੈਂਦੀ ਉਹਦੇ ਵਾਂਗੂ ਕੁੱਤੀ ਵਾਂਗੂ, ਭੱਜ ਭੱਜ ਨਾ, ਜਦੋਂ ਹੈਪੀ ਬਰਥਡੇ ਹੁੰਦਾ, ਮੈਰਿਜ ਐਨਵਾਸਟਰੀ ਹੁੰਦੀ ਹੈ ਨਾ, ਉਦੋਂ ਕਿਵੇਂ ਕਹਿੰਦੀ ਹੁੰਦੀ ਹੈ ਮੇਰਾ ਪਨੀਰ ਦਾ ਪਕੌੜਾ, ਮੇਰਾ ਦਹੀਂ ਭੱਲਾ, ਹੈ ਵੀ ਬੁਲਬਲੇ ਲਿਆ ਦੂਗਾ, ਮੈਨੂੰ ਮੋਮਬੱਤੀਆਂ ਲਿਆ ਦੂਗਾ, ਗਾਉਂਦੀ ਜਾ ਰਹਿ ਤੂੰ ਗਾਉਂਦੀ, ਤੂੰ ਮੈਨੂੰ ਘਰ ਵਾਲਾ ਨਹੀਂ ਸਮਝਦੀ। ਤੈਨੂੰ ਐਂ ਪਤਾ, ਦੁੱਧ ਤੋਂ ਬਣੀਆਂ ਚੀਜ਼ਾਂ ਨਾ 3 ਦਿਨ ਬਾਅਦ ਮੁਸਕ ਮਾਰਨ ਲੱਗ ਜਾਂਦੀਆਂ ਨੇ, ਬੱਚਾ ਬਣਿਆ ਪਨੀਰ ਦੇ ਪਕੌੜੇ ਦਾ। ਹਾਏ ਓਏ ਲੈ, ਹੁਣ ਮੇਰੇ 'ਚ ਮੁਸਕ ਮਾਰਨ ਲੱਗ ਗਈ ਹੈ, ਹੋਰ ਕਿਧਰੇ ਸੈਂਟ ਲੱਗਿਆ ਹੋਇਆ ਹੈਗਾ, ਸੈਂਟ ਲੱਗਿਆ ਹੋਇਆ ਹੈ, ਪੋਚਾ ਲਾ ਦੇ ਚੁੱਪ ਕਰਕੇ, ਨਾਲੇ ਇੱਥੋਂ ਸਾਫ਼ ਕਰਦੀ, ਸਮਾਰ ਕੇ ਆ ਦੇਖ ਮੱਖੀਆਂ ਬੈਠੀ ਜਾਂਦੀਆਂ ਨੇਗੀਆਂ, ਆ ਪਾਣੀ ਇੱਕ ਵਾਰ ਵੀ ਨਾ ਰਹੇ, ਸੁੱਕਾ ਸੁੱਕਾ ਪੋਚਾ ਮਾਰ ਦੇ। ਮੈਂ ਤੇਰੀਆਂ ਗੱਲਾਂ ਤੇ ਹੈਰਾਨ ਆ ਲੈ, ਉਹ ਆਪ ਦਾ ਘਰ ਵਾਲਾ ਹੈ, ਸਾਕਾ ਘਰ ਵਾਲਾ, ਕਹਿੰਦੀ ਤੇਰੇ 'ਚ ਤਾਂ ਮੁਸਕ ਮਾਰਨ ਲੱਗੀ, ਆਪ ਨਹਾਣ ਜਾਊਗੀ, 3 ਦਿਨਾਂ 'ਚ ਇੱਕ ਸਾਬਣ ਜ਼ੋਰ ਲਾ ਲਿਆ ਮੈਂ ਬਾਣੀਏ ਨੂੰ ਕਹਿ ਕੇ, ਮਾਹੀ ਜੀ ਦੇ ਦੇ ਕਾਰਡੀ ਜੀ, ਜਿਹੜੀ ਘਸੇ ਨਾ ਘਸੇ ਨਾ, ਮੇਰੇ ਪੁੱਤ ਦੀ ਸਾਰੀਆਂ ਸਾਰੀ ਦੀ ਸਾਰੀ ਕਸਾ ਕੇ ਬਾਹਰ ਨਿਕਲਦੀ ਆ ਗੁਸਲਖਾਨੇ 'ਚੋਂ। ਫਿਰ ਨਹਾਉਣਾ ਤਾਂ ਚੱਜ ਨਾਲ ਹੈਗੇ, ਤੇਰੇ ਮੰਗ ਹੋਣਾ ਸੀ ਮੁਸਕ ਮਾਰਨ ਵਾਲੀ ਆਪਦੇ 'ਚੋਂ ਵੀ, ਨਹਾਉਂਦਾ ਨਹੀਂ ਚੱਜ ਨਾਲ, ਧੋਂਦਾ ਨਹੀਂ, ਮੁਸਕਿਆ ਜਾ। ਮੇਰੇ ਵਾਸਤੇ ਤਾਂ ਕੋਈ ਨਹੀਂ ਸਾਬਣ ਛੱਡਦੀ, ਛੱਡਦੀ ਤੇਰੇ ਵਾਸਤੇ ਸਾਬਣ, ਆਪਦੀ ਅੱਡ ਲਿਆਇਆ ਕਰ। ਆਹੋ ਠੀਕ ਹੈ, ਮੈਨੂੰ ਅੱਡ ਕਰਦੇ ਫਿਰ, ਕੰਧ ਕੱਢਦੇ ਵਿਚਾਲੇ, ਮੈਂ ਆਪਦਾ ਪਨੀ ਰੋਟੀ ਪਕਾ ਲਿਆ ਕਰੂ, ਕਿਉਂ ਜੇ ਪਕਾਣੀ ਤਾਂ ਮੈਂ ਹੀ ਹੁੰਦੀ ਹੈ। ਚੁੱਪ ਕਰਕੇ ਪੋਚਾ ਲਾ ਦੇ, ਰੋਟੀ ਲਾ ਦੀ ਨਾਲੇ, ਤੈਨੂੰ ਕਹਿੰਦਾ ਨੇ ਪਕੌੜੇ ਨਾ ਲਾ ਦਾ, ਹੁਣ ਤਾਂ ਭਾਂਡੇ ਮਾਂਜ ਕੇ ਹਟਿਆ ਚਾਹ ਵਾਲੇ, ਹੁਣ ਪੋਚਾ ਲਾਣ ਲਾ ਲਿਆ, ਇਦੂ ਪਹਿਲਾਂ ਰੋਟੀ। ਮੈਂ ਤੈਨੂੰ ਕਹਿੰਦੀ ਹੁੰਦੀ ਆ, ਉਹ ਭਾਂਡਿਆਂ ਤੇ ਮਹੀਨਾ ਲਾਤਾ, 4 ਭਾਂਡੇ ਸੀਗੇ। ਨਾਲੇ ਮੇਰੀ ਗੱਲ ਸੁਣ ਲੈ,
मेरे सारे पासे तू मेरी बेइज्जती कराई जानी है। वह मैं मेरे ताए नू जबान दे रखी है भी कुड़ी का रिश्ता मेरे साले नू कर दी। वो तेरे उनू भाई नू फोन भी करता दीता है। तेन डके हुए की पता लगता दारू झुलस के तू आ गया सी रात नू मैं करता सी रात। अच्छा आहो तेन डके हुए की पता लगदागा भी ते कल्ले रात फोन करता थी। अरे देखो जो मैं कहना उन्हें किसे काम मेनू मेरा ता दिमाग नहीं रहा मेरे ता याद नहीं रहा। देख हूं गद के भाई का रिश्ता बन जे अर मैं छेरा बंदा लड्डू खा ला। बे तू ता किसे पासे नहीं मान अके मेरी बेइज्जती कराएगा जो हुन फोन करता फिर तू तड़फी जाना। फोन करता तड़फी जाना पर मैनू ता बार माड़ी मोटी इज्जत तराणी पैंदी आ बार ता नंबर बनाने पैंदे ने भी हां मेरी ये बनदी है बनदी है तेरी जेलदार दी। कल उत्थे बार बंदे बैठे थे ओ पुली ते मैनू कहंदे तैनू मैंबरी च खड़ा करांगे हुण मैं की दस्सां भी मेरा की हाल है। ਮੈਂਬਰਾਂ ਤੈਨੂੰ ਹੀ ਖੜਾ ਕਰਨਗੇ ਅਗਲੇ ਬੂਥਾ ਦੇਖਿਆ ਜਾਂਦਾ ਬੂਥਾ ਦੇਖਿਆ ਆਪਦਾ ਹੁਣ ਬਾਹਰ ਅੰਦਰ ਤਾਂ ਕਿਸੇ ਨੂੰ ਹਲੇ ਪਤਾ ਨਹੀਂ ਵੀ ਆਹ ਕੰਮ ਚੱਲ ਰਿਹਾ ਹੈ ਮਾਰਦਾ ਮੇਰੇ ਫੁੱਲ ਨੰਬਰ ਨੇ ਰੇੜੂ ਚ ਬੁਲਾਇਆ ਜੇ ਨਹੀਂ ਪਤਾ ਲੱਗ ਰਿਹਾ ਉਹ ਐ ਕਹਿੰਦੇ ਮੈਂ ਹਾਂ ਮੈਂ ਦੱਸ ਕੇ ਆਉਂਗਾ ਉਹ ਕੀ ਆ ਉਹਨਾਂ ਦਾ ਕੀ ਆ ਉਹ ਮੇਰਾ ਨਾਮ ਨਹੀਂ ਕਿਤਾ ਜਾਦਾ ਦਾ ਪਤਾ ਨਹੀਂ ਕੀ ਕਸੁੱਤਾ ਜਾਂ ਨਾਮ ਉਹਦਾ ਪਤਾ ਨਹੀਂ ਕੀ ਕਹਿੰਦੇ ਇਹਨੂੰ ਫੋਰਡ ਬਿਲਰ ਪਤਾ ਨਹੀਂ ਭਾਈ ਲਾਰਸ ਉਹ ਐ ਹੀ ਬਣਿਆ ਸੀ ਮੈਂਬਰ ਪਹਿਲਾਂ ਉਹ ਘਰੇ ਪੋਚੇ ਲਾਇਆ ਕਰਦਾ ਸੀ ਨਾਲੇ ਰੋਟੀ ਪਕਾਇਆ ਕਰਦਾ ਸੀ ਫੇਰ ਮੈਂਬਰੀ ਮਿਲੀ ਤੇ ਉਹਨੂੰ। ਅੱਛਾ ਹਾਂ ਫਿਰ ਤੂੰ ਐ ਕਰਿਆ ਕਰ ਸਨੇਹੀ 4 ਵਜੇ ਉੱਠ ਖੜਿਆ ਕਰ ਮੱਝਾਂ ਮੁੱਝਾਂ ਦਾ ਨਮੇੜ ਕੇ ਨਾ ਲੰਗਰ ਲਾ ਦਿਆ ਕਰ ਕੀ ਪਤਾ ਤੂੰ ਛੇਤੀ ਨਾਲ ਮੈਂਬਰ ਬਣ ਜੇ। ਲਓ ਆ ਗਿਆ ਮੇਰੇ ਸਾਲੇ ਦਾ ਓਏ ਤੇਰੀ ਆ ਕੁੜੀ ਕਿਵੇਂ ਬੋਤੇ ਵਾਂਗੂ ਬੁੱਲ ਸਿੱਟੀ ਬੈਠੀ ਐ ਪਰੌਣਾ ਵੀ ਥੱਲੇ ਬੈਠਿਆ ਐ ਕਿਤੇ ਕੁੜੀ ਨੇ ਮੇਥੋਂ ਕੋਈ ਫੋਨ ਤੇ ਉਲਾ ਤੇ ਨਹੀਂ ਰੱਖ ਲਿਆ ਕੋਈ ਮੁੰਡਾ ਨਹੀਂ ਭਾਣਾ ਵਰਤ ਗਿਆ ਕੋਈ ਜਾ ਕੇ ਪੁੱਛਾਂ। ਲੈ ਉਹ ਆ ਗਿਆ ਦੇ ਬਾਲਟੀ ਪਰੇ ਕਰ ਦੇ ਮੇਰਾ ਭਾਈ ਆ ਗਿਆ। ਆਹੋ ਮੇਰੇ ਸਾਲੇ ਦੀ ਹੁਣ ਤੈਨੂੰ ਬਸ਼ਰਮੀ ਆਦੀ ਐ ਕਰਦੇ ਪਰੇ ਖੜ ਜਾ ਮੈਨੂੰ ਲੱਗਦਾ ਭੈਣੇ ਪਰਾਉਣਾ ਕੁਰਸੀ ਲੈਣ ਗਿਆ ਹੈ ਹਨਾ ਮੈਨੂੰ ਤਾਂ ਆਪ ਹੀ ਲੱਗਦਾਗਾ ਫਿਰ ਇਹਨਾਂ ਰਿਸ਼ਤੇਦਾਰਾਂ ਦੇ ਬਾਹਰ ਰਹਿੰਦਾ ਹੈ ਇੰਨੇ ਟਾਈਮ ਬਾਅਦ ਹੁਣ ਤੇਰੀ ਆ ਕੀ ਕਰਦਾ ਤੂੰ ਲੈ ਕਹਿੰਦੀ ਇਹ ਕੀ ਕਰਦਾ ਜਦੋਂ ਵੀ ਆਂਦਾ ਉਹਦੀ ਮੰਜੇ ਦੀ ਬਾਹੀ ਤੋੜ ਜਾਂਦਾ ਉਹਦੀ ਤੋੜ ਜਾਂਦਾ ਫੌਜੀਆਂ ਦੇ ਟੈਕ ਜਿੰਨਾ ਤਾਂ ਵੱਜਣਾ ਤੂੰ ਰਿਸ਼ਤੇਦਾਰ ਆਇਆ ਤੋ ਵੀ ਚੁੱਪ ਕਰ ਜਿਆ ਕਰ ਬੱਚਾ ਫੋਨ ਬੇਕਾਰ ਜਲੂਸ ਕੱਢੀ ਆਨਾਗਾ ਕੋਲੇ ਤਾਂ ਆਪ ਬਹਿ ਜਾਂਦੀਆਂ ਕਹਿੰਦਾ ਨਹੀਂ ਅਸੀਂ ਦੁੱਖ ਸੁੱਖ ਕਰਦੇ ਆ ਭੈਣ ਭਾਈ ਮੈਨੂੰ ਇਹ ਪਤਾ ਹੈ ਫਿਰ ਮੈਂ ਮਿਸਤਰੀ ਭਾਲਦਾ ਫਿਰ ਜਾਂਦਾ ਬਾਹੀ ਪਵਾਉਣ ਵਾਸਤੇ ਰਿਸ਼ਤੇਦਾਰਾਂ ਤੋਂ ਐ ਜਲੂਸ ਕੱਢਦੇ ਹੁੰਦੇ ਨੇਗੇ ਤੂੰ ਤਾਂ ਮੇਰੇ ਭਾਈ ਨੂੰ ਆਉਣ ਨਹੀਂ ਦਿੰਦਾ ਤੂੰ ਐ ਜਲੂਸ ਕੱਢਦਾ ਹੁੰਨਾਗਾ ਦੇਖ ਲੈ ਭੈਣੇ ਕਿਵੇਂ ਬੇਇੱਜ਼ਤੀ ਕਰਦਾ ਜਦੋਂ ਮੈਂ ਨਾ ਆਏ ਆਂਦਾ ਲੈ ਉਹ ਇਹਦੇ ਪੇੜਾ ਬੈਠਾ ਬੁਲਾ ਲਾ ਸੱਚੀ ਗੱਲ ਕਹਿੰਦੇ ਕਹਿੰਦਾ ਉਹਨੇ ਬੇਇੱਜ਼ਤੀ ਕਰਦਾ ਲੈ ਬਹਿ ਜਾ ਹੁਣ ਦੱਸ ਕਿਤੇ ਤੇਲ ਚੋਮਾ ਲੈ ਹੁਣ ਕੋਈ ਡਰ ਵਾਲੀ ਗੱਲ ਨਹੀਂ ਰਹੀ ਹੈਗੀ ਆਹੋ ਇਹ ਵੀ ਗੱਲ ਹੁੰਦਾ ਠੀਕ ਹੈ ਬਹਿ ਜਾ ਹੁਣ ਲੈ ਜਿਵੇਂ ਮਰਜ਼ੀ ਮਾਰੀ ਜਾਓ ਛਾਲ ਆ ਲੈ ਭੈਣੇ ਮੈਂ ਚਾਹ ਬਣਾ ਕੇ ਲਿਆਣੇ ਤੁਸੀਂ ਲੈ ਪਰੌਣਿਆ ਆ ਕੇਲੇ ਖਾ ਲਈ ਤੇਰੇ ਵਾਸਤੇ ਕੇਲੇ ਲੈ ਆ ਕੋਈ ਨਾ ਇਹ ਤਾਂ ਕੀ ਕਰੂਗਾ ਮੈਂ ਹੀ ਖਾ ਲੂੰਗੀ ਰਜਿਸਟਰ ਆ ਦੇਖ ਲੈ ਮੈਨੂੰ ਲੱਗਦਾ ਪਰੌਣਾ ਤੈਨੂੰ ਤਾਂ ਕੁਝ ਖਾਣ ਦਿੰਦੀ ਹੀ ਨਹੀਂ ਇਹ ਆਪੇ ਖਾਂਦੀ ਹੁਣ ਸਾਰਾ ਕੁਝ ਹੋਰ ਉਹ ਤਾਂ ਸਾਰਾ ਕੁਝ ਹੀ ਖਾ ਜਾਂਦੀ ਐ ਮੈਂ ਟੋਕਦਾ ਹੈ ਨਹੀਂ ਵੀ ਚੱਲ ਢਿੱਲੀ ਮੱਠੀ ਰਹਿੰਦੀ ਐ ਉਹ ਤਾਂ ਤੇਰੀ ਸਿਹਤ ਤੋਂ ਵੀ ਪਤਾ ਲੱਗਦਾ ਪਰੌਣਿਆ ਬਿਮਾਰ ਬੰਦੇ ਦਾ ਫਿਰ ਜੀ ਨਹੀਂ ਕਰਦਾ ਨਾ ਰੋਟੀ ਟੁੱਕ ਖਾਣ ਨੂੰ ਫਲ ਫਰੂਟੇ ਖਾਂਦਾ ਹੁੰਦਾ ਡਾਬਲ ਰੋਟੀਆਂ ਬ੍ਰੈਡ ਠੀਕ ਹੈ ਗੱਲ ਤੇਰੀ ਹੋਰ ਫਿਰ ਸਾਰੀ ਗੱਲ ਸਮਝਾਤੀ ਹੋਣੀ ਫੋਨ ਤੇ ਤਾਂ ਤੇਰੀ ਭੈਣ ਨੇ ਤੈਨੂੰ ਮੈਨੂੰ ਸਾਰਾ ਕੁਝ ਦੱਸਤਾ ਦੀ ਪਰੌਣਾ ਹਾਂ ਤੇਰੇ ਵਾਸਤੇ ਖੁਸ਼ੀ ਦੀ ਗੱਲ ਹੈ ਲੈ ਪਾਣੀ ਪੀ ਲੈ ਲੈ ਓਏ ਨਾ ਮੈਨੂੰ ਨਹੀਂ ਪਾਣੀ ਦੀ ਤੀ ਲੱਗਦੀ ਮੇਰੇ ਅੰਦਰ ਦਰਿਆ ਚੱਲਦੇ ਨੇ ਖੜੋ ਕੇ ਪੀ ਲੈ ਪਾਣੀ ਉੱਥੇ ਕੈਂਪਰ ਪੇ ਅੰਦਰ ਲੈ ਨਹੀਂ ਸਕਦਾ ਪਾਣੀ ਤੂੰ ਵੀ ਪੀ ਗਿਆ ਓਏ ਤੇਰੀ ਭੈਣ ਦੇ ਤੇਰੀ ਦੇ ਲਿਆ ਦੇ ਘੁੱਟ ਪਾਣੀ ਦੀ ਆਏ ਗਿਆ ਤਾਂ ਦੇਖ ਲਿਆ ਕਰ ਮੈਨੂੰ ਮੇਰੇ ਭਰਾ ਨਾਲ ਗੱਲਾਂ ਮਾਰ ਲੈਂਦੇ ਜਦ ਨਾ ਬੋਲ ਹੋਰ ਵੀ ਤੇ ਸਾਰੇ ਘਰੇ ਠੀਕ ਸੀ ਸਭ ਠੀਕ ਨੇ ਭੈਣੇ ਮੌਜਾਂ ਹੋ ਰਹੀਆਂ ਨੇ ਜਮੈਣ ਚੱਲ ਵਧੀਆ ਚਾਹੀਦਾ ਫਿਰ ਮੰਮੀ ਨੂੰ ਵੀ ਨਾਲ ਹੀ ਲਿਆਉਂਦਾ ਮੈਂ ਕਿਹਾ ਚੱਲ ਕਿੱਥੇ ਚੜੂਗੀ ਬੱਸ 'ਚ ਗੋਡੇ ਦੁਖਦੇ ਨੇ ਉਹਦੇ ਚੜਿਆ ਤਾਂ ਜਾਂਦਾ ਨਹੀਂ ਉਹਦੇ ਬੱਸ 'ਚ ਹਾਂ ਇਹ ਵੀ ਠੀਕ ਆ ਹਨਾ ਚੱਲ ਹੁਣ ਬਾਗ ਜਾ ਤੂੰ ਚਾਹ ਦਾ ਪੂਰਾ ਬਣਾ ਲਾ ਨਹੀਂ ਮੈਂ ਚਾਹ ਇੰਨੇ ਦਾ ਜੀ ਚਾਹ ਧਰਿਆ ਆਈ ਆਹੋ ਇੰਨਾ ਔਖਾ ਤੂੰ ਧਰ ਤੇ ਖੜਾ ਹੋ ਕੇ ਹੋਈ ਸਾਨੂੰ ਦੁੱਖ ਸੁੱਖ ਕਰ ਲੈਣ ਦੇ ਮਰ ਲੈ ਤੂੰ ਕਰ ਲੈ ਦੁੱਖ ਸੁੱਖ ਮੈਨੂੰ ਲੱਗਦਾ ਪਰਾਉਣੇ ਤੇ ਤਾਂ ਇੱਜ਼ਤ ਹੀ ਬਹੁਤ ਹੈ ਘਰੇ ਕਹਿੰਦਾ ਇੱਜ਼ਤ ਬਹੁਤ ਹੈ ਇੱਜ਼ਤ ਆਪਣੀ ਵਧੀਆ ਹੈ ਇਹੋ ਜੀ ਗੱਲ ਨਹੀਂ ਹੈਗੀ ਲੱਗ ਰਿਹਾ ਤਾਂ ਪਹਿਲਾਂ
ਹੋਰ ਤੂੰ ਸੁਣਾ ਕਿਵੇਂ ਐ ਸਿਹਤਾਂ ਠੀਕ ਰਹਿੰਦੀਆਂ ਤੇਰੀਆਂ ਹਾਂ ਸਿਹਤਾਂ ਵਧੀਆ ਨੇ ਐਂ ਇੱਕ ਨੰਬਰ ਮਾਂ ਆਪਾਂ ਤੂੰ ਆਪਣੀ ਉਸੇ ਗੱਲ ਤੇ ਆ ਉਹ ਤਾਂ ਆਪਣੇ ਪਿੰਡ ਠੇਕੇ ਤੇ ਜ਼ਮੀਨ ਲੈਤੀ ਹੋਈ ਸੀ ਬੰਦੇ ਦੀ ਅੱਛਾ ਪਤਾ ਹੈ ਬਹੁਤ ਵਧੀਆ ਰੱਬ ਦਾ ਰੂਪ ਪਤਾ ਕੀ ਹੈ ਉਹ ਮੈਨੂੰ ਮਿਲ ਗਿਆ ਸੀ ਜਿੱਧਰ ਜਾਂਦੇ ਤੇ ਕੀੜਿਆਂ ਦੇ ਪੌਣ ਤੇ ਚੌਲ ਪਾਣ ਚੌਲ ਪਾਣ ਉਰੇ ਆਇਆ ਸੀ ਦਸ ਪਈ ਹੋਣੀ ਆਪਣੇ ਸਾਡੇ ਪਿੰਡ ਦਾ ਉਹ ਹੈ ਤੀਰਥ ਉਹ ਰਿਸ਼ਤੇ ਕਰਾਉਂਦਾ ਰਹਿੰਦਾ ਉਹਦੇ ਲਵੇ ਆਇਆ ਸੀ ਰਿਸ਼ਤੇ ਬਾਰੇ ਉਹ ਕੁੜੀ ਦੀ ਦਾ ਰਿਸ਼ਤਾ ਕਰਦਾ ਜੀ ਮੈਂ ਕਹਿੰਦਾ ਵੀ ਮੇਰੇ ਸਾਲੇ ਨੂੰ ਇਹ ਕਰ ਦੋ ਰਿਸ਼ਤਾ ਬਹੁਤ ਵਧੀਆ ਕਰਿਆ ਪਰਾਉਣਾ ਤੇ ਮੇਰੇ ਬਾਰੇ ਸੋਚਿਆ ਮੈਂ ਤਾਂ ਬਹੁਤ ਸੋਚਦਾ ਹੈ ਪਰ ਤੁਸੀਂ ਨਹੀਂ ਸੋਚਦੇ ਤੂੰ ਮਾੜਾ ਮੋਟਾ ਤੇਰੀ ਭੈਣ ਨੂੰ ਸਮਝਾਇਆ ਕਰਦਾ ਤਾਂ ਦੇਖ ਲਿਆ ਦੇਖ ਕਿਵੇਂ ਅਲਕ ਬੈਠ ਕੇ ਵਾਂਗੂ ਚੱਲਦੀ ਹੈ ਮਾੜਾ ਮੋਟਾ ਸਮਝਾਇਆ ਕਰ ਥੋੜਾ ਜਿਹਾ ਸੁਭਾਅ ਦਾ ਫਰਕ ਹੈ ਪਰਾਉਣਿਆ ਊਂ ਤਾਂ ਨਰਮ ਬਹੁਤ ਹੈ ਹੋਰ ਮੈਂ ਇਹਨੂੰ ਮੇਰੀ ਸੱਸ ਨੂੰ ਆ ਗਿਆ ਚੱਲ ਹੁਣ ਤਾਂ ਆਪਣੀ ਮਾਂ ਆ ਮਾਂ ਨੂੰ ਵੀ ਫੋਨ ਕਰਿਆ ਤੀ ਵੀ ਐਂ ਕਰਕੇ ਆਇਆ ਉਹ ਨੀ ਕੁਛ ਪੱਲੇ ਜੇ ਪਾਉਂਦੀ ਕਹਿ ਦਿੰਦੀ ਇਹ ਤਾਂ ਬਚਪਨ ਦੀ ਸੁਭਾਅ ਇਹੋ ਜਿਹਾ ਕਿਵੇਂ ਬਦਲੀਏ ਬੋਲ ਆਹੀ ਆ ਪਰਾਉਣਿਆ ਬਚਪਨ ਤੂੰ ਇਹੀ ਜੀ ਇਹ ਊਂ ਦਿਲ ਦੀ ਮਾੜੀ ਨੀ ਹੈਗੀ ਦਿਲ ਦੀ ਤਾਂ ਮਾੜੀ ਨੀ ਉਹ ਤਾਂ ਮੈਨੂੰ ਮੈਂ ਵੀ ਜਾਣਦਾ ਊ ਪਰ ਰੋਟੀ ਟੁੱਕ ਹੋਰ ਥੋੜਾ ਜਿਹਾ ਘੱਟ ਕਰਕੇ ਰਾਜੀ ਹੈ ਬਾਹਰਲਾ ਖਾ ਕੇ ਖੁਸ਼ ਹੈ ਜਾਦੇ ਘਰੇ ਦਾ ਘੱਟੇ ਪਕਾ ਕੇ ਖੁਸ਼ ਹੈ ਇਹ ਇੱਕ ਤੁਸੀਂ ਜ਼ਿਆਦਾ ਪੜ੍ਹਾ ਲਿਖਿਆ ਧੀ ਉਹਨੇ ਤੁਸੀਂ ਨੇ ਦਸਵੀਂ ਪਾਸ ਕਰਾਤੀ ਨਾ ਜਿਹੜੀ ਉਹਦੇ ਕਰਕੇ ਕੰਮ ਨੂੰ ਘੱਟ ਹੱਥ ਪਾਉਂਦੀ ਹੈ ਥੋੜਾ ਜਿਹਾ ਹੈਗਾ ਮੈਂ ਕਹਿ ਜੂੰਗਾ ਕੋਈ ਨਹੀਂ ਇੱਕ ਪਤਾ ਨਹੀਂ ਕੀ ਕਿਹੜੀ ਤੁਸੀਂ ਸਬਜੈਕਟ ਦਵਾਇਆ ਹੋਇਆ ਤੀ ਡਰਾਇੰਗ ਡਰਾਇੰਗ ਕਹਿੰਦੀ ਹੁੰਦੀ ਆ ਸਾਰਾ ਦਿਨ ਫੋਟੋ ਵੀ ਛਾਪੀ ਜਾਂਦੀ ਹੈ ਕਾਪੀ ਤੇ ਲੈ ਉਹ ਤਾਂ ਫੋਟੋ ਤਾਂ ਬਹੁਤ ਸੋਹਣੀ ਛਾਪਦੀ ਹੈ ਇਹ ਬਾਹਰਲੇ ਦੇਸ ਤੋਂ ਵੀ ਫੋਨ ਆਇਆ ਸੀ ਵੀ ਆਹ ਫੋਟੋ ਤੇਰੀਆਂ ਅਸੀਂ ਲੈ ਕੇ ਜਾਵਾਂਗੇ ਅੱਛਾ ਹਾਂ ਇਹ ਲਿਆ ਦੇ ਚਾ ਦੇਖ ਉਹ ਉੱਥੇ ਪੜ ਕੇ ਬੈਠ ਗਈ ਉਹ ਅੰਦਰ ਮੈਨੂੰ ਲੱਗਦਾ ਕਿ ਕਾ ਹੈ ਵੀ ਇਹ ਮਾੜਾ ਮੋਟਾ ਦੇਖ ਹੁਣ ਮਾੜਾ ਜਿਹਾ ਤੇਰੀ ਜੱਕ ਮੰਨ ਗਈ ਨਹੀਂ ਮੇਤੋਂ ਕਰਵਾਉਂਦੀ ਇਹ ਚਾ ਮੈਨੂੰ ਲੱਗਦਾ ਪਰ ਉਹਨੇ ਕੇਲੇ ਨਾ ਖਾਣ ਲੱਗੀ ਹੋਵੇ ਅੰਦਰ ਇਹ ਆ ਜਾ ਚਾਰ ਨਾਲੇ ਬਿਸਕੁਟ ਚੱਕ ਲਿਆ ਮੈਨੂੰ ਉਲਟ ਬਣਾ ਲੂਗੀ ਤੂੰ ਆਏ ਗਈ ਦੀ ਇੱਜ਼ਤ ਨਹੀਂ ਕਰਦਾ ਤੂੰ ਚੰਗੀ ਇੱਜ਼ਤ ਕਰਦੀ ਹੈ ਆ ਜਾ ਇੰਨਾ ਟਾਈਮ ਹੁੰਦਾ ਚਾਹ ਨੂੰ ਇੰਨੇ ਟਾਈਮ ਚ ਤਾਂ ਮੈਂ ਸੂਪੇ ਤੁਹਾਡਾ ਵੀ ਪਿਆਰ ਜ਼ਿਆਦੀ ਹੈ ਕੁਛ ਪਰਾਉਣੇ ਮੈਨੂੰ ਲੱਗਦਾ ਉਹ ਅਸੀਂ ਗੁੱਸਾ ਨਹੀਂ ਕਰਦੇ ਚੱਲ ਆਏ ਮਾੜਾ ਮੋਟਾ ਹੀ ਟਾਈਮ ਪਾਸ ਹੋ ਜਾਂਦਾ ਹੋਰ ਕੀ ਹੈ ਚਲੋ ਜੀ ਇਹਦੇ ਦੋ ਭਾਂਡੇ ਹੁੰਦੇ ਨੇ ਖੜਕਦੇ ਵੀ ਹੁੰਦੇ ਨੇ ਇਹ ਤਾਂ ਗੱਲ ਹੈ ਰਿਸ਼ਤੇਦਾਰਾ ਇਹਦੇ ਆਪਣਾ ਉਹ ਇੰਨਾ ਟਾਈਮ ਹੋ ਗਿਆ ਇਹ ਤਾਂ ਮਿੰਦਾ ਰਿਸ਼ਤੇਦਾਰਾ ਤੇਰੇ ਵਾਲੀ ਇਹ ਗੱਲ ਆ ਉਹੀ ਹਾਂ ਉਹੀ ਗੱਲ ਹੋ ਗਈ ਦੇਖਰ ਕੇਲਿਆਂ ਦੀ ਕਾਲ ਹੈ ਕੇਲਿਆਂ ਦੀ ਕਾਲ ਹੈ ਦੇ ਕਿਵੇਂ ਬੱਕਰੀ ਮਾਗੂ ਮੂੰਹ ਮਾਰਦੀ ਆ ਓਏ ਉਧਰ ਹਟ ਲੈ ਹਾਂ ਯਾ ਲੈ ਭਾਈ ਜਾ ਲੈ ਵੀਰੇ ਚਾਹ ਪੀ ਲੈ ਲੈ ਮੈਨੂੰ ਵੀ ਫੜਾ ਦੇ ਮੈਂ ਪੀਉਂਗੀ ਇਹ ਲੈ ਓਏ ਭਈਆ ਬਿਸਕੁਟ ਵੀ ਖਾ ਲੈ ਤੇਰੇ ਵਾਸਤੇ ਲਿਆਂਦੇ ਆ ਇਹ ਇੰਨਾ ਧੱਕਾ ਨਹੀਂ ਚੱਲਦਾ ਹੁੰਦਾ ਇੰਨਾ ਧੱਕਾ ਇੰਨਾ ਧੱਕਾ ਨਹੀਂ ਚੱਲਦਾ ਹੁੰਦਾ ਵੇ ਜਿੰਨਾਂ ਨੂੰ ਤੂੰ ਕਹਿੰਦਾ ਸੀ ਉਹਨਾਂ ਨੂੰ ਬੁਲਾ ਲੈ ਮੇਰਾ ਭਾਈ ਕੋਲ ਦਾ ਬੈਠਾ ਹਾਏ ਓਏ ਬੁਲਾ ਲੂ ਆ ਮੇਰੀ ਉਸ ਮੈਨੂੰ ਛੋਟੀ ਗੱਲ ਨਹੀਂ ਸਮਝ ਚ ਆਦੀ ਲਾ ਤੂੰ ਤਾਂ ਨਾ ਲੈ ਸਕਦਾ ਤੁਹਾਡੇ ਘਰ ਦਾ ਪਰਾਉਣਾ ਉਹ ਵੀ ਬੱਕਰੀ ਵਾਂਗੂ ਚਰਨ ਲੱਗ ਗਿਆ ਜਿਵੇਂ ਕੁਛ ਦੇਖਿਆ ਨਾ ਹੋਵੇ ਆਈ ਤੂੰ ਚਰੀ ਜਾਨੀ ਹੈ ਮੇਰਾ ਭਾਈ ਲੈ ਕੇ ਆਇਆ ਸੀ ਮੈਂ ਖਾਉਂਗੀ ਨਹੀਂ ਹੈਗੀ ਹੁਣ ਲੈ ਉਹ ਕਹਿੰਦੀ ਮੇਰਾ ਭਾਈ ਲੈ ਕੇ ਮੇਰਾ ਨਹੀਂ ਸਾਲਾ ਲੱਗਦਾ ਫਿਰ ਜਾ ਕੇ ਅੰਦਰ ਖਾ ਲਾ ਵੀ ਮੱਚੀ ਜਾਂਦਾ ਹੈਗਾ ਅੰਦਰ ਜਾ ਕੇ ਖਾ ਲਾ ਨਾਲੇ ਬਾਹਰ ਜਾ ਕੇ ਖਾ ਲਾ ਪਤੰਦਰਾ ਤੂੰ ਤਾਂ ਨਾ ਲੈ ਸਕਦਾ ਤੁਹਾਡੇ ਘਰ ਦਾ ਪਰਾਉਣਾ ਹੈ ਉਹ ਮੈਨੂੰ ਤਾਂ ਆਏ ਸੀ ਪਰਾਉਣਾ ਵੀ ਤਾਂ ਪਹਿਲਾਂ ਖਾ ਲੇ ਹੋਣੇ ਆਹੋ ਪਹਿਲਾਂ ਖਾ ਲੇ ਹੋਣੇ ਉਹਨੂੰ ਖਾਣ ਦੇ ਦੇ ਨੀਤ ਨਾ ਪਾ ਵਿਚਾਰੇ ਦੇ ਉਹ ਚ ਜਿਹੜੇ ਖਾਂਦਾ ਉਹ ਵੀ ਨਹੀਂ ਲੱਗਣੇ ਵਿਚਾਰੇ ਨੂੰ ਪਹਿਲੇ ਡਾਊਨ ਹੋ ਜਾਂਦਾ ਹੋਰ ਡਾਊਨ ਹੋਈ ਜਾਂਦਾ ਮੈਨੂੰ ਤਾਂ ਇਹਦੀ ਕੱਲਾ ਤੂੰ ਹੀ ਇਹੀ ਜੀ ਐਵੇਂ ਤਾਂ ਸਾਰੀ ਲਾਣਾ ਆ ਵੀ ਉਤ ਜਾ ਰਿਹਾ ਹੈ ਆ ਲੈ ਬੰਦੇ ਸਾਰੇ ਕਿਵੇਂ ਕਰਦੇ ਨੇ ਮੈਂ ਬੋਲ ਜਾਗਾ ਫਿਰ ਕਹਿਣਾ ਤੂੰ ਬੋਲਦੀ ਆ ਅੱਜ ਕੱਲ ਤਾਂ ਵੀ ਮੈਂ ਸੁਣੂ ਨਹੀਂ ਰੱਖਦਾ ਉਹਨੂੰ ਜਿਹੜੀ ਜਿਆਦੇ ਵੰਡ ਵੜੇ ਮਾ ਖਾਵੇ ਮੇਰੀ ਗੱਲ ਸੁਣ ਲੈ ਜਾ ਦੇਣਾ ਭੋਕ ਮੇਰਾ ਭਾਈ ਆ ਹੈ ਵੀ ਹਾਂ ਇਹ ਦਬ ਜੂਗੀ ਭਾਈ ਆਇਆ ਹੋਇਆ ਹੈ ਕਿਵੇਂ ਕਰੂਗਾ ਅਗਲਾ ਆਪਦੀ ਧੀ ਦਾ ਰਿਸ਼ਤਾ ਇਹਨੂੰ ਛਾਪੇ 'ਚ ਰੋਟੀ ਛੱਡ ਦੂਗਾ ਨਾ ਤੈ ਨਾ ਉਹ ਲੈਤਾ ਬਿਸਕੁਟਾਂ ਦਾ ਵੀ ਖਾ ਲੈ ਨਾ ਉਹਨੇ ਲੈਤਾ ਤੈ ਕੀ ਲੈਣਾ ਕਿੰਨਾ ਮਰਜ਼ੀ ਖਾਵੇ ਅਗਲਾ ਤੂੰ ਜਾ ਪਾ ਜਾ ਬੁਲਾ ਲੈ ਉਹਨਾਂ ਨੂੰ ਜੇ ਬੁਲਾ ਕੇ ਲਿਆਉਣਾਗਾ ਕੌਣ ਦਾ ਬੈਠਾ ਹੈ ਅਗਲਾ ਆਇਆ ਗਰਮੀ ਗਰਮੀ ਹੋ ਗਿਆ ਵਿਚਾਰਾ ਦੇਖ ਓਏ ਮੈਂ ਰਿਸ਼ਤਾ ਕਰਾਉਣਾ ਅੱਗੇ ਦੀ ਅੱਗੇ ਅੰਗਲੀ ਸੰਗਲੀ ਪਸਾ ਕੇ ਅਰ ਮੈਨੂੰ ਇਹ ਕਹਿੰਦੀ ਹੈ ਤੈ ਕੀ ਲੈਣਾ ਤੈ ਕੀ ਲੈਣਾ ਮੈਨੂੰ ਨਹੀਂ ਭੁੱਖ ਲੱਗਦੀ ਹੈਗੀ ਬੇਇੱਜ਼ਤੀ ਤੂੰ ਘਰੇ ਬੈਠੇ ਵੀ ਕਰੀਏ ਨਾ ਰਿਸ਼ਤਾ ਦੀ ਸਵਾਹ ਕਰੀ ਜਾਂਦਾ ਨਾ ਕੇਲੇ ਕੱਲੀ ਚਰ ਗਈ ਕੁਲਫੀਆਂ ਕੱਲੀ ਚਰ ਗਈ ਚਾਹ ਪੀ ਗਈ ਬਿਸਕੁਟ ਖਾ ਗਈ ਮੇਰਾ ਨਾਮ ਲੈਤਾ ਹੈ ਲੈਤਾ ਕੋਈ ਸੁਣਾਈ ਜਾਂਦਾ ਦੋ ਚੀਜ਼ਾਂ ਖਵਾਤੀਆਂ ਜੇ ਉਹ ਪਰਾਉਣੇ ਤੂੰ ਬਾਗ ਜਾ ਮੈਂ ਕਦੇ ਨਵੇਂ ਕੱਪੜੇ ਨਹੀਂ ਪਾਏ ਮੈਂ ਤਾਂ ਕਰੇ ਕੱਛਾ ਖੁੱਲਾ ਜਾਂ ਕੱਛਾ ਪਾ ਕੇ ਫਿਰਦਾ ਹੁੰਨਾ ਚੰਗਾ ਰੋਟੀ ਚੁਰ ਸਲਾ ਭੁੱਖੇ ਢਿੱਡ ਤਾਂ ਗੱਲ ਵੀ ਨਹੀਂ ਉੜਦੀ ਆ ਕੇ ਦੁਰ ਸੁਣੀਂਗਾ ਪਹਿਲਾਂ ਜਾਇਆ ਜਾਇਆ ਬੜਾ ਇਹ ਛੇਤੀ ਬੁਲਾ ਲਿਆ ਜਾ ਕੇ ਇਹ ਕਾਨ ਜਾਂਦਾ ਤੇ ਲਾਰੇ ਹੱਥ ਹੈਗਾ ਇਹ ਤਾਂ ਅਗਲੇ ਨੂੰ ਲਾਰੇ ਲਾ ਦਿੰਦਾ ਹੈਗਾ ਕੋਈ ਮਾਰਦਾ ਤਾਂ ਕੁੜੀਏ ਤੇਰਾ ਵੀ ਰੋਬ ਜਾ ਘੱਟ ਹੈ ਪਰਾਉਣੇ ਤੇ ਮੈਨੂੰ ਲੱਗਦਾ ਦੇਖ ਓਏ
लारे हथ है ये कानू जाता है होर मैं तो गाह छड़ाना थी मणकू तो मक्खिया ने थोड़े घरे कि पै जे बंदा पखा भी नहीं चलता इतने कंजूसिया घरे आया बकरी वांगू मूह मारी जांदे ने दोए भैण भाई देखो बेचारा बेइज्जती करन इहनू मेरे साले नू 11 21 दी पौध नू जवाब देता रिश्ता करके जावे कुड़ी दा नाले कंजर कहावे ये केड़ी किताब च लिखिया होया मैनू तां दस दे मेरे साले तेरे की हो रहा पल्ले खुल रहा कुसा खुशियां दा दिना मेरा साला रोण बैठ गया इन्नी माड़े साउंड करी जांदा है मेरी बहू देखणी है मेरे साले 28 साल दा तू बहू देखणी है जाना है मेरी गल सुनो तैयार होके रही आपदा उदा उरे ठेके ने जमीन लेती हुई आवरी रौनी लग रहा होना करन मैं बुला लेना तू बुला के ले मैं चाह धरती आंगी चाह धरती है सो जा भाई तू ओ पाली विच दो कलाऊं गलाचियां कते आई फूक ले दूध जी दूध जी शक्कर पाली भेड़े हां पालूंगी मैं पालूंगी मार ले आहो तेनू भी लिया दर मैं कोको कोला ना मेरे साले ने नु आए पता भी की चीज नाल की खाना है जिवें मैं सलेटी खांदी हुंदी आ सारा कुछ खा जांदे ने दो ही भेड़ भाई खा लिया पैदा मैं इधर पाली जाना ताया ओ ताया ओ ताया ग्रिड बने 24 घंटे बस तेन की दसा ताया हुण चुप चे फायदा है जदों पहला न्याणा हुंदा ती बापू कहदा ती लाइट बग जांदी भाई इह तां तेरे मामे दे घरे गई है फिर थोड़ा जिहा वड्डा होया फिर कहिंदे इह तां छट के भी जा रही है मगरों हुण कहिंदे ने पीसी कट आ गया मिंदा जदों नूं आ जीरी जूरी लगूगी उदों नूं एफआई कट्टण लग जाऊगा पर हुण मिंदला दा ऐसी वैसी होऊ लाइट केड़ी होऊगी लाइट चल हुण गल्लां जे ना मारो माड़ा जिहा तूं आए जा हुणी चली भाई हां हुणे वग मां लाइट ठीक लैने आ ओहो ਉਹੀ ਗੱਲ ਫੇਰ ਆ ਗਈ ਤਾਇਆ ਕਹਿੰਦਾ ਡੁੱਬੀ ਤਾਂ ਜੇ ਸਾਹ ਨਾ ਆਇਆ ਲਾਈਟ ਕਿਹੜੀ ਆਊਗੀ ਕਿਹੜੇ ਕੈਰੇ ਚੋਂ ਬਾਹਰ ਹੋਊਗਾ ਪਾਣੀ ਕਿਧਰੇ ਨਹੀਂ ਜਾਂਦਾ ਹੈਗਾ ਅੱਗੇ ਕਿਹੜਾ ਆਲੇ ਦਾਲੇ ਗਮਾਰਾ ਬੀਜ ਰੱਖਿਆ ਚੱਲ ਫਿਰ ਬਾਈ ਚੱਲਦੇ ਭਾਈ ਚੱਲ ਜਿਹੜਾ ਕੰਮ ਨਿਬੜ ਜੇ ਤਾਇਆ ਉਹੀ ਵਧੀਆ ਹੁੰਦਾ ਹੈ ਚੱਲ बाद टाइम खराब होगा मैं भी पहली लिया के रख लिया पतंदरा इना कौन काल है कुड़ी धक्का देन वास्ते अगला मामे नू भी दिखा होगा मासड़ नू भी दिखा होगा फुफड़ नू भी दिखा होगा ਨਾਲੇ ਐਂ ਤਾਂ ਜਣਾ ਖਾਣਾ ਲੈ ਕੇ ਭੇਜੇ ਤੌਲੀ ਦੀ ਲਾਭ ਹਾਨੀਆਂ ਦਾ ਪਤਾ ਹੈ ਤੈਨੂੰ ਲਾਭ ਹਾਨੀ ਨੂੰ ਮੂੰਹ ਪੂੰਝ ਲੋ ਨਾ ਲੋ ਆਹੋ ਮੂੰਹ ਪੂੰਝ ਲੋ ਓ ਚੱਲ ਕੋਈ ਨਾ ਭਾਈ ਭੋਲਾ ਸਿਆ ਚਾਹ ਹੁੰਦਾ ਜਵਾਖਾਂ ਨੂੰ
गल ठीक है ताया, फिर ऐ तो नहीं पहला बंदा तौलिया लैके बैठ जे कोई गल बात चले सिरे चढ़े फेरे बढ़ती है गल बात मेरे पैणगे की झोली च पतासे धक्का फिर कोई ट्राली टूपर डोरे ताया पता की है ना है हल्का जाए हुंदड़ हेल जाए उम्र ती सारी 18 साल है पता की है ना ये थोड़ा जा सोचा हो गया सोचा सिर दुख दे दिया गोलियां पता अंदर कट्ठी खा गया तू अच्छा पटियाले ला देंगे सिल्पर सर्जन डॉक्टर को दवाई अच्छा घर जू सोचा तीर बन जू ताया तीर चल फिर सोचा अपनी कुड़ी का सारा भाई 25-30 किलो बजना 35 किलो मेरा जी मेरा केड़ा बात है सुन रही है तेन कोई घर आ रहा है हूं तो पानी लिया दे लिया दे आ जा भाई ठंडा जा रहा ही मेरी गल सुन ताया देख सानू दे दे तू 20 दिन का टाइम ठीक है 20 दिन च मैं कहना सिर तां पसला लै चल कोई ना भाई ना बस जमी रह भाई कलेस कानू करदे ताए दा सुभा ए है जे जितन दी आई है अई ए दा सुभा ਕਲੇਸ ਵਾਲੀ ਗੱਲ ਨੀ ਕੋਈ ਅਸੀਂ ਇੱਕ ਦੂਜੇ ਦਾ ਹਰਖ ਨਹੀਂ ਮੰਨਦੇ ਅੱਛਾ ਠੀਕ ਹੈ ਹਰਖ ਨਹੀਂ ਮੰਨਦੇ ਉਹ ਗੋਗੇ ਘਾਲੇ ਲਾਣੇ ਵਾਂਗੂ ਤੁਸੀਂ ਹਰਖ ਹੀ ਨਹੀਂ ਮੰਨਦੇ ਨਾਲੇ ਹੁਣ ਤਾਂ ਮੇਰੀ ਨੌਕਰੀ ਵੀ ਲੱਗ ਚੁੱਕੀ ਸੀ 5-7 ਦਿਨਾਂ 'ਚ ਕਾਕਾ ਸਰਕਾਰੀ ਨੌਕਰੀ ਲੱਗੂਆ ਜੇਈ ਲੱਗ ਜੂਗਾ ਜੀ ਓਏ ਉਈ ਜੀ ਮੈਂ ਕੱਚੀ ਗੱਲ ਕਰਦਾ ਮੈਨੂੰ ਨਹੀਂ ਇਹਦੇ ਬਾਰੇ ਦੇਖੋ ਨੌਕਰੀ ਬਾਰੇ ਪਤਾ ਹੋ ਸਕਦਾ ਕੋਈ ਫਾਰਮ ਥੱਲੇ ਦਬ ਰਿਹਾ ਹੋਵੇ ਲਿਕੜਿਆ ਹੋਵੇ ਉਹ ਮੈਂ ਕਹਿ ਨਹੀਂ ਸਕਦਾ ਮੈਂ ਸਰਪੰਚ ਤੋਂ ਸਾਈਨ ਕਰਾ ਦੇ ਜੀ ਮੈਨੂੰ ਪੱਕਾ ਕੰਮ ਹੈ ਆ ਫੜ ਤੂੰ ਚਲਾ ਲੈ ਮੇਰੇ ਵੀਰ ਪਾਣੀ ਪੀ ਲੈ गर्मी बहुत सुक जाता है हौला कर देंगे तेन दसता सोचा है हुंदड़ हेल है उम्र नहीं कोई ज्यादा ठीक है ऐ कर मेर जी हो जूगी जा रुपया फड़ा दे जा हल्दी का गुठा जा ला दे मथे ते चल मेरे मेर है मैं तेन कहता आप हले कोई होर नहीं देख दिखाई कर दे खास गल नहीं है चोरी ठगी करा नहीं दलाल जो चल रहे बहुत ठगिया मरा देते ने नहीं जो दलाल दलूला बीतिया रिश्ते रुश्ते कर देने अपना साग चो साग बनता है तड़की दुता नंगा धरता उच डिगी छिपकी अच्छा ख्याल नहीं करया मैनू पै लग गया पता मूह जहा दिसा भी छिपकी है वह कितने पूछ टुट गई पूछ रहेगी बिच बाल्टी दे जिहड़ी छिपकी थी मैं बाहर कढ़ती दुध बालिया होया पी लिया इन्हें करके थोड़ा जिहा होर लोड़ जे बोलते ने दिमाग जे ते असर जिहा हो रहा टेंशन अज इहनू कह ये कुछ होर करता है इहनू कह ये कुछ होर बोलती है होर कोई वड्डी गल नहीं हैगी ताया हाँ चल कोई ना भाई फिर चलिए ਉਹ ਤਾਂ ਮੇਰੀ ਤਾਂ ਗੱਲ ਸੁਣ ਲੈ ਜੇ ਮੈਂ ਰੁਪਈਆ ਫੜਾ ਜਾਂਦਾ ਜਾਂ ਹਲਦੀ ਦਾ ਹੱਥ ਲਾ ਦਿੰਦਾ ਮਾੜੀ ਜੀ ਮੇਰ ਜੀ ਹੋ ਜਾਂਦੀ ਤਾਇਆ ਤੇਰੀ ਭਾਈ ਪਤਾ ਕੀ ਹੈ ਕੁੜੀ ਦਾ ਫੁੱਫੜ ਵੀ ਦੇਖੂਗਾ ਮਾਮਾ ਵੀ ਆਊਗਾ ਮਾਸੜ ਵੀ ਆਊਗਾ ਫਿਰ ਕਿਤੇ ਜਾ ਕੇ ਹੁੰਦਾ ਇਹ ਕੰਮ ਉਹ ਕਹਿਦਾ ਮੈਂ ਤੈਨੂੰ ਵੀਦਰ ਕੋਈ ਅਸੀਂ ਹੋਰ ਕਿਤੇ ਟਿਕਾਣਾ ਦੇਖਦੇ ਨਹੀਂ ਤਾਇਆ ਇਹ ਨਾ ਕਹੀਂ ਵਿੱਚ ਬਾਜਣ ਬੂਜਣ ਵੱਧਦਾ ਇਹ ਤਾਂ ਜੀ ਪੋਲਾ ਪਿਆ ਲੈ ਇਹ ਤਾਂ ਬੱਸੂ ਹੀ ਹਵਾ ਕੋਈ ਨਾ ਤੂੰ ਕਹਿੰਦਾ ਦਵਾਈ ਖਵਾਉਂਗੇ ਤੁਸੀਂ ਵੀਦਰਾਂ 'ਚ ਫਰਕ ਪੈ ਜੇਗੀ ਤਾਂ ਸਿਲਵਰ ਸਰਜਨ ਡਾਕਟਰ ਤੋਂ ਲਾ ਲਾਂਗੇ ਤਾਂ ਇਹ ਦਵਾਈ ਤਾਂ ਕੰਗਣ ਬਣ ਜੂਗਾ ਠੀਕ ਹੈ ਲੈ ਖੇਤ ਜਾਊਂਗਾ ਫਿਰ ਮਤਾ ਮਰ ਕੇ ਲੈਟ ਆ ਜੇ
अच्छा हाँ। चल फिर बग जाता है खेत तक जानी है हाँ। चाह बना लाने थोड़ी जी ना पिया बन दे चाह तो मैं जमी नहीं पींदा चल ठीक है हाँ। फिर तेरी मर्जी है चल तेरी मर्जी हाँ। मैं चलदा भाई ठीक है चल हाँ। ना बे करतूत दे मालक ने करता देख ला तू टाटा सोमो मंगदा ती मोटरसाइकिल चाहिए वड्डे नंगौरी नू तेन खड़ जा आंदी कर जू तेन का रिश्ता सोना सुनखा जा रहे तू एना गोल मोल जहाज ते चढ़ के दुनिया नू मार दूगा टेढ़ा करके बच्चा जहाज टेढ़ा होने दा तू ता बलाई माल लटोना गा चलो ता छड़ परा एह जे सड़े होए नू कौन हेलीकॉप्टर ते चढ़दा नाले पिज्जा दिंदा मेरी गल सुन लै पूरी गल सुन लगदी मूं टटदी आ गल बटन नू गल बटन नू पौक पौक ओ मेरे ताए ने नाल मैं करिया हुण जवान ਉਹ ਕਹਿੰਦਾ ਵੀ ਇਹਦਾ ਵਜਨ ਘੱਟ ਜੇ ਮੈਂ ਫੇਰ ਕਰੂੰਗਾ ਰਿਸ਼ਤਾ ਕੁੜੀ ਜਿਹਾ ਵਜਨ 25 ਕਿਲੋ ਇਹ 75 ਰੁਪਏ ਡੇਢ ਕਮਾਟਲ ਦਾ ਹੋਰ ਕੁਛ ਉਹਦੇ ਨਾਲ ਕਰੀਏ ਜਮਾਨ ਆਪਦਾ ਵਜਨ ਘਟਾਉਣਾ ਪਊ ਇਹਦੇ ਨਾਲ ਰੇਸ ਲਾਣੀ ਪਿਆ ਕਰੂ ਹੁਣ ਤੈਨੂੰ ਸਵੇਰੇ ਸਵੇਰੇ ਰਿਸ਼ਤਾ ਕਹਿੰਦਾ ਕਰਨਾ ਮੈਂ ਕਿਉਂ ਰੇਸ ਲਾਵਾਂ ਤੂੰ ਵਜਿਆ ਕਰ ਇਹ ਕੱਲਾ ਜਾਂਦਾ ਸੋਹਣਾ ਲੱਗਦਾ ਕੋਈ ਇਹਨੂੰ ਕਿਡਨੈਪ ਕਰ ਲੂਗਾ ਫਿਰ 5 ਲੱਖ ਰੁਪਇਆ ਮੰਗੂਗਾ ਗੁਆਂਢੀ ਸੁਣ ਲੂਗਾ ਕੇ ਪੱਲੀ ਵਿਛਾ ਲੂਗਾ ਨਾਲੇ ਚਾਹ ਪੱਲਿਆ ਆਪਾਂ ਨੂੰ ਨਾਲੇ ਪਾਣੀ ਪੱਲਿਆ ਮਰਜੀ ਪਰ ਸੁੱਕੀ ਸਾਂਦੀ ਤੁਸੀਂ ਤਾਂ ਰੋਣ ਲੱਗ ਰਹੇ ਹੋ ਲੰਗੜਾ ਜਿਹਾ ਬੁੜਾ ਲੋਟ ਨਹੀਂ ਆਉਂਦਾ ਵੀ ਉਹਨੂੰ ਤੂੰ ਕਹਿ ਦੇ ਕੁਛ ਉਹਨੂੰ ਐਂ ਕਰੇ ਤੈਨੂੰ 150-200 ਰੁਪਏ ਦੇ ਦਾਂਗੇ ਰਿਸ਼ਤਾ ਵਿੱਚ ਮਿੰਟ ਚ ਹੋ ਜੂ ਐਂ ਕਹਿ ਦਿੰਦਾ ਤੂੰ ਹਨਾ ਬਈ ਹਾਂ ਦਿਮਾਗ ਤਾਂ ਹੈ ਨਹੀਂ ਮੈਂ ਤਾਂ ਖੂਬ ਖਾਤੇ ਪੈ ਰਿਹਾ ਅੱਛਾ ਉਹਨੂੰ ਆਪਾਂ 150 ਰੁਪਏ ਦੇ ਦਾਂਗੇ ਆਪਣੀ ਕੁੜੀ ਦਾ ਰਿਸ਼ਤਾ ਕਰਦਾ ਦਾ ਕਿਹੜੀ ਕਿਤਾਬ 'ਚ ਲਿਖਿਆ ਇੱਕ ਮਿੰਟ ਤੈਨੂੰ ਤਾਂ ਸਕੀਮ ਨਹੀਂ ਲਾਉਣੀ ਆਉਂਦੀ ਤੂੰ ਨਾ ਐ ਵੀ ਕਹਿ ਸਕਦਾ ਸੀ ਅਸੀਂ ਵੀ ਸਾਰੇ ਵਿਆਹ ਤੇ ਖਰਚਾ ਕਰਦਾਂਗੇ ਹਨਾ ਬਈ ਹਾਂ ਕਹਿ ਨਹੀਂ ਦੀ ਇਹਨੂੰ ਐ ਆ ਵੀ ਇਹਦੇ ਭਾਈ ਦਾ ਰਿਸ਼ਤਾ छाप भी पऊगी चैनी असी पा दांगे तू केड़े मेनू सगी फुल पावेगा मरी जांदा आप दी मूनक तो बाजार चो मिल जी 150 रुपया नहीं होता पावा मेरा छड़ो पागलों का लाना मेरी गल सुन ली असल में तो हम पौने शी होने वाले ने तुम हम रेस ला के आओ फिर तड़की लाओ मेरी हो रही है जवान देख जे चन घट को कह चुप कर जा मेरी गल सुन भाई मेरी गल सुन भाई आप सवेरे रेस लाया मम्मी तू तो है खाब खा दा मैं प्रेत ला लिया छाबे च छड़ूगा रोटी ਢਿੱਡ ਘਟਦਾ ਘਟਦਾ ਨੀ ਇਹਦੀ ਵਿਆਹ ਦੀ ਡੇਟ ਟੱਪ ਜੂਗੀ ਦੇਖ ਲੈ ਆਪਦਾ ਰੇਸ ਲਾ ਕੇ ਆਓ ਕਿਹੜੀ ਪਰੇਟ ਪਰੂਟ ਤਾਂ ਆਪੇ ਹੋ ਜਾਵੇ ਕਰੂਗੀ ਤੇ ਜਦੋਂ ਵਿਆਹ ਗਿਆ ਮੇਰੀ ਤਾਂ ਗੱਲ ਸੁਣ ਲੈ ਬਾਈ ਤੈਨੂੰ ਤਾਂ
पैसे तो देते हैं इड्डे खा लांगे कुछ। हाँ। हले तू रज्जी नहीं है क्या मेरे यार, खा लांगे या कितने ही तेरा कुछ कटता है क्या पैसे खा लाए कुछ आप नॉल खाया मैं दुकान से चली चल सताल जी ਬਾਈ ਜਿਹੜੀ ਤੁਸੀਂ ਸਾਡੀ ਹੁਣੇ ਹੁਣੇ ਵੀਡੀਓ ਦੇਖੀ ਹੈ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹਦੀ ਐਕਟਿੰਗ ਕਹੀ ਜੀ ਲੱਗੀ ਇੱਕ ਬਾਈ ਜੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰ ਦਿਆ ਕਰੋ ਇੱਕ ਆਪਣਾ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਪੇਜ ਆ ਬਾਈ ਬੀਸੀਆਰ ਵਾਲੇ ਜੱਟ ਉਹ 'ਤੇ ਵੀ ਆਪਾਂ ਵੀਡੀਓ ਪਾਉਂਦੇ ਰਹਿੰਦੇ ਹਾਂ ਫਨੀ ਉਹਨੂੰ ਵੀ ਵੱਧ ਤੋਂ ਵੱਧ ਫੋਲੋ ਕਰੋ ਹਾਂਜੀ ਇਹਦੇ ਨੈਕਸਟ ਤੋਂ ਨੈਕਸਟ ਭਾਗ ਆਉਂਦੇ ਰਹਿਣਗੇ ਇਹਨਾਂ ਦੇ ਭਾਗ ਦੇਖਣ ਲਈ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਧੰਨਵਾਦ ਜੀ ਧੰਨਵਾਦ